ਸ਼ਿਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਡੇ ਲਈ ਅਸੀਂ ਨਵੀਂ ਵੀਡੀਓ ਲੈ ਕੇ ਪੇਸ਼ ਹੋਏ ਆ ਮੇਰੇ ਲਈ ਅੱਜ ਤੁਹਾਨੂੰ ਮੈਂ ਰੋਇਲ ਇਨਫੀਲਡ ਜਿਹੜਾ BS6 ਨਵਾਂ ਆਇਆ ਕਲਾਸਿਕ ਜਾਂ ਸਟੈਂਡਰਡ ਵੀ ਕਹਿ ਲਓ ਉਹਦੇ ਇੰਸਟਰੂਮੈਂਟ ਕਲਸਟਰ ਬਾਰੇ ਜਾਣਕਾਰੀ ਦੇਵਾਂਗਾ ਮੇਰੇ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੰਸਟਰੂਮੈਂਟ ਕਲਸਟਰ ਵਿੱਚ ਹੁਣ ਆਲਮੋਸਟ ਲਾਈਟਸ ਹੀ ਰਹਿ ਗਈਆਂ ਇਹਨਾਂ ਨੇ ਗੇਜਿਸ ਵਾਲਾ ਸਾਰਾ ਕੰਮ ਖਤਮ ਕਰਤਾ ਸੋ ਉਸ ਰਿਲੇਟਡ ਤੁਹਾਨੂੰ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗਾ ਕਿ ਕਿਸ ਲਾਈਟ ਦਾ ਕੀ ਫੰਕਸ਼ਨ ਹੈ ਚਲੋ ਸਟਾਰਟ ਕਰਦੇ ਹਾਂ ਜੀ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਮੇਰੇ ਜੀ ਜੇਕਰ ਹੀ ਆਪਾਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਸਦੇ ਮੀਟਰ 'ਤੇ ਆ ਜਾਂਦੇ ਹਾਂ ਇਸਦਾ ਮੀਟਰ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਅਤੇ ਹੁਣ ਇਹਨਾਂ ਦੀ ਮੈਂ ਤੁਹਾਨੂੰ ਇੱਕ ਇੱਕ ਸਪੈਸੀਫਿਕੇਸ਼ਨ ਅਤੇ ਲਾਈਟ ਦਾ ਕੀ ਫੰਕਸ਼ਨ ਉਹਦੇ ਬਾਰੇ ਦੱਸਾਂਗਾ ਹੁਣ ਜਿਵੇਂ ਐਨ ਜਗ ਰਿਹਾ ਐਨ ਦਾ ਮਤਲਬ ਨਿਊਟਰਲ ਜਿਵੇਂ ਇਹ ਸਾਰੀ ਸਭ ਨੂੰ ਕਾਮਨ ਚੀਜ਼ ਹੈ ਤੁਹਾਨੂੰ ਪਤਾ ਹੀ ਹੈ ਇਸਦਾ ਮਤਲਬ ਇਹ ਹੈ ਕਿ ਮੋਟਰਸਾਈਕਲ ਗੇਅਰ ਵਿੱਚ ਨਹੀਂ ਹੈ ਇਹ ਬਹੁਤ ਹੀ ਬੇਸਿਕ ਇਨਫੋਰਮੇਸ਼ਨ ਹੈ ਤਕਰੀਬਨ 98% ਲੋਕਾਂ ਨੂੰ ਪਤਾ ਹੀ ਪਰ ਫਿਰ ਵੀ ਚਲੋ ਮੈਂ ਵੀਡੀਓ ਬਣਾ ਰਿਹਾ ਸੀ ਤਾਂ ਮੈਂ ਕਿਹਾ ਕਿ ਮੈਂ ਇਹ ਚੀਜ਼ ਦੱਸ ਦੇਵਾਂ ਉਸ ਤੋਂ ਬਾਅਦ ਜੀ ਇਹਦਾ ਇਗਨੀਸ਼ਨ ਔਨ ਆਫ ਆ ਜਾਂਦਾ ਹੈ ਲੋਕ ਤਾਂ ਤੁਹਾਨੂੰ ਪਤਾ ਹੀ ਹੈ ਇਹਦਾ ਵੀ ਥੱਲੇ ਇੱਥੇ ਲੱਗ ਰਿਹਾ ਜੀ ਲੋਕ ਜਿਵੇਂ ਕਿ ਪਤਾ ਹੀ ਹੈ ਹੁਣ ਜਿਹੜਾ ਨਵਾਂ ਮਾਡਲ ਆ ਰਿਹਾ ਉਹ 'ਚ ਕਹਿੰਦੇ ਚਾਬੀ ਦੇ ਨਾਲ ਉੱਪਰ ਹੀ ਲੋਕ ਲੱਗਿਆ ਕਰੂਗਾ ਉਸ ਤੋਂ ਬਾਅਦ ਇਹ ਗੇਜ ਆ ਗਈ ਇਹ ਸਪੀਡੋਮੀਟਰ ਆ ਗਿਆ ਜੀ ਅਤੇ ਹੁਣ ਆਪਾਂ ਆਈਏ ਲਾਈਟਸ 'ਤੇ ਜਿਹੜੀ ਇਹਦੇ ਵਿੱਚ ਲਾਈਟ ਜਗ ਰਹੀ ਹੈ ਇਹ ਇੰਜਨ ਮਾਲ ਫੰਕਸ਼ਨ ਦੀ ਲਾਈਟ ਹੈ ਵੈਸੇ ਜ਼ਿਆਦਾ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਤਾਂ ਇਹ ਜਗਦੀ ਹੈ ਅਤੇ ਜਦੋਂ ਆਪਾਂ ਫਿਰ ਇਸ ਨੂੰ ਤੋੜਦੇ ਹਾਂ ਮੋਟਰਸਾਈਕਲ ਨੂੰ ਬੰਦ ਹੋ ਜਾਂਦੀ ਹੈ ਸੋ ਇਹਦੇ ਵਿੱਚ ਦੱਸਿਆ ਗਿਆ ਵੀ ਜਿਹੜਾ ਵੀ ਜੇ ਕੋਈ ਇੰਜਨ 'ਚ ਤੁਹਾਡੇ ਪ੍ਰੋਬਲਮ ਹੈ ਮੋਟਰਸਾਈਕਲ ਦੇ ਵਿੱਚ ਤਾਂ ਜਦੋਂ ਇਹ ਚੱਲੂਗਾ ਉਦੋਂ ਵੀ ਇਹ ਲਾਈਟ ਜਗਦੀ ਰਹੇਗੀ ਇੰਜਨ ਵਿੱਚ ਕੋਈ ਵੀ ਦਿੱਕਤ ਹੋਵੇ ਤਾਂ ਇੰਜਨ ਮਾਲਫੰਕਸ਼ਨ ਦੀ ਲਾਈਟ ਨੂੰ ਜ਼ਰੂਰ ਜਗਾਊਗਾ ਨਾਲ ਹੀ ਜੀ ਆਪਣੀ ਫਿਊਲ ਗੇਜ ਆ ਜਾਂਦੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਬੁਲਟ ਵਿੱਚ ਵੈਸੇ ਵੀ ਪਹਿਲਾਂ ਵੀ ਫਿਊਲ ਗੇਜ ਨਹੀਂ ਆਉਂਦੀ ਸੀ ਪਰ ਰਿਜ਼ਰਵ ਵਗੈਰਾ ਲੱਗ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਇਸ ਵਿੱਚ ਕਿੰਨਾ ਕੁ ਤੇਲ ਰਹਿ ਗਿਆ ਅਤੇ ਹੁਣ ਇਹ ਜਿਹੜੀ ਫਿਊਲ ਵਾਲੀ ਲਾਈਟ ਹੈ ਜੀ ਇਹ ਜਦੋਂ ਇਹਦੇ ਵਿੱਚ ਅੱਧੇ ਲੀਟਰ ਨੂੰ ਘੱਟ ਤੇਲ ਰਹਿ ਜਾਂਦਾ ਤਦ ਇਹ ਜਗਣਾ ਸਟਾਰਟ ਕਰ ਦਿੰਦੀ ਹੈ ਮਤਲਬ ਜਦੋਂ ਇਹ ਲਾਈਟ ਜਗਦੀ ਹੈ ਤਾਂ ਉੱਥੋਂ ਆਪਾਂ ਇਹ ਮੰਨ ਸਕਦੇ ਹਾਂ ਕਿ ਇਹਦਾ ਰਿਜ਼ਰਵ ਲੱਗ ਗਿਆ ਹੈ ਅਤੇ ਆਪਾਂ ਨੂੰ ਤੇਲ ਪਵਾ ਲੈਣਾ ਚਾਹੀਦਾ ਹੈ ਅਤੇ ਜੇ ਜ਼ਿਆਦਾ ਵਾਰ ਬਲਿੰਕ ਕਰਨ ਲੱਗ ਜਾਵੇ ਤਾਂ ਇਹਦਾ ਵੀ ਇਹ ਮਤਲਬ ਹੈ ਕਿ ਤੇਲ ਰਿਜ਼ਰਵ ਨਾਲੋਂ ਵੀ ਕਾਫੀ ਘੱਟ ਰਹਿ ਗਿਆ ਵੈਸੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਿੱਚ ਤਕਰੀਬਨ ਅੱਧਾ ਲੀਟਰ ਦੇ ਨੇੜੇ ਤੇਲ ਰੱਖਣਾ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਕਾਰਬੇਟਰ ਨਹੀਂ ਹੈ ਇਸ ਵਿੱਚ ਆਪਣੇ ਇੰਜੈਕਟਰ ਹੈ ਜਿਸ ਨੂੰ ਕਿ ਆਇਲ ਪੰਪ ਰਾਹੀਂ ਤੇਲ ਸਿੱਧਾ ਖਿੱਚਿਆ ਜਾਂਦਾ ਹੈ ਇੰਜਨ ਨੂੰ ਜਦੋਂ ਉਹ ਸਿੱਧਾ ਖਿੱਚਦਾ ਅਤੇ ਜੇ ਟੈਂਕੀ ਆਪਾਂ ਬਿਲਕੁਲ ਖਾਲੀ ਕਰ ਦਾਂਗੇ ਤਾਂ ਉਹਦੇ ਵਿੱਚ ਇੰਜੈਕਟਰ ਪਲੱਸ ਆਇਲ ਪੰਪ ਦੋਨਾਂ ਦਾ ਨੁਕਸਾਨ ਹੋ ਸਕਦਾ ਹੈ ਸੋ ਇਸ ਕਰਕੇ ਲਾਈਟ ਦਿੱਤੀ ਗਈ ਹੈ ਆਪਾਂ ਨੂੰ ਮਿਨੀਮਮ ਅੱਧਾ ਲੀਟਰ ਤੇਲ ਦੇ ਵਿੱਚ ਰੱਖਣਾ ਹੀ ਪੈਂਦਾ ਹੈ ਉਸ ਤੋਂ ਨੀਚੇ ਆ ਗਏ ਹਾਂ ਜੀ ਇਹ ਹੈ ABS ਦੀ ਲਾਈਟ ABS ਦੀ ਲਾਈਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ABS ਦਾ ਮਤਲਬ ਹੁੰਦਾ ਐਂਟੀ ਬ੍ਰੇਕਿੰਗ ਸਿਸਟਮ ਇਹ ਫੰਕਸ਼ਨ ਜ਼ਿਆਦਾ ਤੌਰ 'ਤੇ ਗੱਡੀਆਂ ਵਿੱਚ ਹੀ ਆਉਂਦਾ ਸੀ ਪਹਿਲਾਂ ਪਰ ਹੁਣ ਬਾਈਕਸ ਵਿੱਚ ਵੀ ਆਉਣ ਲੱਗ ਗਿਆ ਐਂਟੀ ਬ੍ਰੇਕਿੰਗ ਸਿਸਟਮ ਦਾ ਮਤਲਬ ਹੁੰਦਾ ਕਿ ਇਹ ਵਧੀਆ ਬ੍ਰੇਕਿੰਗ ਲਈ ਸਿਸਟਮ ਬਣਾਇਆ ਗਿਆ ਹੈ ਇਹਦੇ ਨਾਲ ਮੋਟਰਸਾਈਕਲ ਸਕਿੱਡ ਨਹੀਂ ਕਰਦਾ ਮਤਲਬ ਐਂਟੀ ਲੋਕ ਬ੍ਰੇਕਿੰਗ ਸਿਸਟਮ ਮਤਲਬ ਇਹ ਬ੍ਰੇਕਸ ਨੂੰ ਲੋਕ ਨਹੀਂ ਹੋਣ ਦਿੰਦਾ ਇਹ ਬ੍ਰੇਕਸ ਲੋਕ ਜਿਹੜਾ ਇੱਕਦਮ ਚੀਜ਼ ਰੁਕੂ ਉਹਦੇ ਨਾਲ ਮੋਟਰਸਾਈਕਲ ਸਕਿੱਡ ਕਰ ਜਾਂਦਾ ਪਰ ਇਹ ਜਿਹੜੀ ਟੈਬ ਦੀ ਜਕੜਾ ਉਹ ਰੋਡ ਦਾ ਬਣਾਈ ਰੱਖਦਾ ਜੇ ਆਪਾਂ ਨੂੰ ਪੈਨਿਕ ਬ੍ਰੇਕਿੰਗ ਮਤਲਬ ਇੱਕਦਮ ਵੀ ਬ੍ਰੇਕ ਲਗਾਉਣੇ ਪੈ ਜਾਣ ਤਾਂ ABS ਮੋਟਰਸਾਈਕਲ ਨੂੰ ਡਿਸਬੈਲੈਂਸ ਨੂੰ ਬਚਾਉਂਦਾ ਅਤੇ ਆਪਣੀ ਮਦਦ ਕਰਦਾ ਕਿ ਮੋਟਰਸਾਈਕਲ ਡਿੱਗੇ ਨਾ ਅਤੇ ਆਪਾਂ ਮੋਟਰਸਾਈਕਲ ਤੋਂ ਨਾ ਡਿੱਗੀ ਕਿਉਂਕਿ ਨਾ ਮੋਟਰਸਾਈਕਲ ਸਲਿੱਪ ਜਾਂ ਸਕਿੱਡ ਵਗੈਰਾ ਨਹੀਂ ਕਰਦਾ ਸੋ ਇਹ ਤਾਂ ਸੀ ਜੀ ਲਾਈਟ ਸੰਬੰਧੀ ਜਾਣਕਾਰੀ ਹੋਰ ਵੀ ਤੁਹਾਨੂੰ ਕੋਈ ਪੁੱਛਣ ਦਾ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਕਮੈਂਟਸ ਕਰਕੇ ਜ਼ਰੂਰ ਪੁੱਛ ਸਕਦੇ ਹੋ
ਹੁਣ ਆਪਾਂ ਇੱਕ ਆ ਜਾਂਦੇ ਹਾਂ ਹਾਈ ਸਿਕਿਉਰਿਟੀ ਨੰਬਰ ਪਲੇਟ ਵੱਲ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਾਈ ਸਿਕਿਉਰਿਟੀ ਨੰਬਰ ਪਲੇਟ ਹਰੇਕ ਨੂੰ ਹੀ ਲੱਗਦੀ ਹੈ, ਇਹ ਲਵਾਉਣੀ ਵੀ ਜ਼ਰੂਰੀ ਹੈ ਅਤੇ ਉਹਦਾ ਇੱਕ ਫਰੇਮ ਵੀ ਮਿਲ ਜਾਂਦਾ। ਪਰ ਕਈ ਵਾਰੀ ਆਪਾਂ ਦੇਖਿਆ ਕਿ ਕੁਝ ਲੋਕ ਫਰੇਮ ਵੀ ਨਹੀਂ ਪਸੰਦ ਕਰਦੇ ਕਿਉਂਕਿ ਫਰੇਮ ਨਾਲ ਪਲੇਟ ਬਹੁਤ ਹੀ ਚੌੜੀ ਹੋ ਜਾਂਦੀ ਹੈ। ਸੋ ਉਹ ਲੋਕ ਕੀ ਕਰ ਸਕਦੇ ਨੇ, ਉਹ ਇਹ ਹੈ ਕਿ ਆਹ ਕਲਾਸਿਕ ਦੀ ਨੰਬਰ ਪਲੇਟ ਤੁਸੀਂ ਦੇਖੀ ਹੋਈ ਹੋਣੀ ਹੈ, ਇਸ ਤਰ੍ਹਾਂ ਦੀ ਸੇਮ ਆਉਂਦੀ ਹੈ, ਓਰੀਜਨਲ ਨੰਬਰ ਪਲੇਟ ਆ ਜਿਹੜੀ ਏਜੰਸੀ ਵੱਲੋਂ ਹੀ ਆਉਂਦੀ ਹੈ। ਸਟੈਂਡਰਡ ਦੀ ਤਾਂ ਵੀ ਥੋੜ੍ਹਾ ਹੀ ਫਰਕ ਹੁੰਦਾ, ਉਹ ਲਾਈਟ ਥੋੜ੍ਹੀ ਉਹਦੀ ਉੱਪਰ ਹੁੰਦੀ ਹੈ। ਇਹਨੂੰ ਤੁਸੀਂ ਪੂਰਾ ਵਧੀਆ ਇਸ ਤਰ੍ਹਾਂ ਬਣਾ ਸਕਦੇ ਹੋ ਕਿ ਉੱਪਰਲਾ ਪਾਰਟ ਇਹਦਾ ਬਲੈਕ ਹੁੰਦਾ ਅਤੇ ਨੀਚੇ ਵਾਈਟ ਹੁੰਦੀ ਹੈ। ਜਿਹੜੀ ਉੱਪਰ ਇਹਦੇ ਹਾਈ ਸਿਕਿਉਰਿਟੀ ਲੱਗਦੀ ਹੈ, ਛੋਟੀ ਹੁੰਦੀ ਹੈ ਪਲੇਟ, ਤੁਹਾਨੂੰ ਪਤਾ ਹੀ ਹੈ, ਅਤੇ ਵਾਈਟ 'ਚ ਆਉਂਦੀ ਹੈ। ਵੈਸੇ ਤਾਂ ਇਹ ਫਾਰਮੂਲਾ ਵੀ 98% ਲੋਕਾਂ ਨੇ ਬਣਾਇਆ ਹੋਇਆ, ਪਤਾ ਹੀ ਹੈ ਸਭ ਨੂੰ। ਪਰ ਫਿਰ ਵੀ ਜਿਹਨਾਂ ਨੂੰ ਨਹੀਂ ਪਤਾ ਤਾਂ ਮੈਂ ਉਹਨਾਂ ਨੂੰ ਉਹਨਾਂ ਲਈ ਇਹ ਵੀਡੀਓ ਬਣਾ ਰਿਹਾ ਤਾਂ ਕਿ ਨੰਬਰ ਪਲੇਟ ਦੀ ਦਿੱਖ ਥੋੜ੍ਹੀ ਚੰਗੀ ਲੱਗੇ। ਸੋ ਤੁਸੀਂ ਕੀ ਕਰਨਾ ਹੈ, ਉੱਪਰ ਪਲੇਟ ਕਾਲੇ ਰੰਗ ਦੀ ਹੈ, ਉਹਦੇ ਉੱਪਰ ਇਹ ਵਾਈਟ ਕਲਰ ਦੀ ਲੱਗ ਜਾਂਦੀ, ਥੱਲਿਓਂ ਤੁਸੀਂ ਇੱਥੇ ਇਸ 'ਤੇ ਟੇਪ ਲਵਾ ਸਕਦੇ ਹੋ, ਬਲੈਕ ਟੇਪ, ਕੋਈ ਵੀ ਸਟਿੱਕਰ ਜਾਂ ਨੰਬਰ ਪਲੇਟ ਲਿਖਣ ਦੀ ਜੋ ਦੁਕਾਨ ਹੁੰਦੀ ਹੈ ਉੱਥੋਂ ਆਪਾਂ ਨੂੰ ਬਲੈਕ ਟੇਪ ਈਜ਼ਲੀ ਮਿਲ ਜਾਂਦੀ ਹੈ, ਉਹ ਲਵਾ ਕੇ ਤੁਸੀਂ ਇਸ ਦੇ ਉੱਤੇ ਕੋਈ ਵੀ ਆਪਣਾ ਨਾਮ, ਗੋਤ ਜਾਂ ਕੁਛ ਵੀ ਲਿਖਾਉਣਾ ਚਾਹੁੰਦੇ ਹੋ ਲਿਖਾ ਸਕਦੇ ਹੋ। ਅਤੇ ਇਸ ਨਾਲ ਕੁੱਲ ਮਿਲਾ ਕੇ ਇਹ ਦੀ ਦਿੱਖ ਬਹੁਤ ਸੋਹਣੀ ਬਣ ਜਾਂਦੀ। ਜੇ ਤੁਸੀਂ ਹੁਣ ਧਿਆਨ ਨਾਲ ਦੂਰੋਂ ਦੇਖੋ ਤਾਂ ਦੇਖੋ ਵਧੀਆ ਲੱਗ ਰਹੀ ਹੈ ਦੇਖਣ ਨੂੰ। ਆਮ ਤੌਰ 'ਤੇ ਹਾਈ ਸਿਕਿਉਰਿਟੀ ਪਲੇਟ ਸੋਹਣੀ ਨਹੀਂ ਲੱਗਦੀ ਕਿਉਂਕਿ ਇੱਕ ਤਾਂ ਥੱਲਿਓਂ ਵੀ ਚਿੱਟੀ ਹੁੰਦੀ ਹੈ ਵਿਚਾਲੇ, ਫਿਰ ਇੱਕ ਨੱਟ ਵੀ ਆ ਜਾਂਦਾ, ਅਤੇ ਜਿਹੜੀ ਉੱਪਰ ਪਲੇਟ ਲੱਗੀ ਹੁੰਦੀ ਹੈ ਉਹ ਵੀ ਵਾਈਟ ਹੁੰਦੀ ਹੈ। ਪਰ ਇਸ ਤਰ੍ਹਾਂ ਨਾਲ ਤੁਸੀਂ ਇਸ ਨੂੰ ਸੋਹਣੀ ਰੱਖ ਦੇ ਸਕਦੇ ਹੋ। ਵੈਸੇ ਕਾਫੀ ਲੋਕ ਇਸ ਤਰ੍ਹਾਂ ਕਰਦੇ ਵੀ ਨਹੀਂ, ਉਹਨਾਂ ਨੂੰ ਪਤਾ ਹੀ ਹੈ, ਜਿਹਨਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਰਿਹਾ। ਇਸ ਤਰ੍ਹਾਂ ਨਾਲ ਲੋਕਾਂ ਦੀ ਵਧੀਆ ਬਣ ਜਾਂਦੀ ਹੈ। ਥੱਲੇ ਬਸ ਤੁਸੀਂ ਇੱਕ ਟੇਬਲ ਪਾਉਣੀ ਹੈ ਬਲੈਕ, ਅਤੇ ਉੱਪਰ ਤੁਸੀਂ ਆਪਣੀ ਮਨਪਸੰਦ ਦੀ ਚੀਜ਼ ਜੋ ਵੀ ਤੁਸੀਂ ਚਾਹੋ ਉਹ ਲਿਖਾ ਸਕਦੇ ਹੋ। ਸੋ ਦੋਸਤੋ, ਅੱਜ ਦੀ ਵੀਡੀਓ ਲਈ ਇੰਨਾ ਹੀ, ਤੁਹਾਡੇ ਲਈ ਕੋਈ ਨਵੀਂ ਵੀਡੀਓ ਜਲਦ ਹੀ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਥੋੜ੍ਹੇ ਸੁਜੈਸ਼ਨ ਦਿੰਦੇ ਰਿਹਾ ਕਰੋ ਕਿ ਕਿਹੋ ਜਿਹੀ ਵੀਡੀਓ ਬਣਾਈਏ, ਅਤੇ ਮੈਂ ਤੁਰੰਤ ਤੁਹਾਡੇ ਲਈ ਉਹੋ ਜਿਹੀ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ। ਇੱਕ ਨਾਲ ਹੀ ਮੈਂ ਦੇਖਿਆ ਹੈ ਕਿ ਤਕਰੀਬਨ ਹਜੇ ਨਵਾਂ ਚੈਨਲ ਸ਼ੁਰੂ ਕੀਤਾ ਹੈ, ਜਿਹੜੇ ਵੀ ਲੋਕ ਮੇਰਾ ਕੰਟੈਂਟ ਦੇਖਦੇ ਨੇ ਸਿਰਫ 2% ਨੇ ਸਬਸਕ੍ਰਾਈਬ ਕੀਤਾ, 98% ਨੇ ਨਹੀਂ ਕੀਤਾ ਹੋਇਆ। ਸੋ ਕਿਰਪਾ ਕਰਕੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਤੁਹਾਡੇ ਚੈਨਲ ਸਬਸਕ੍ਰਾਈਬ ਕਰਨ ਨਾਲ ਹੀ ਮੈਨੂੰ ਹੌਸਲਾ ਮਿਲਦਾ ਹੈ ਹੋਰ ਵੀਡੀਓ ਬਣਾਉਣ ਦਾ, ਅਤੇ ਤੁਹਾਡੇ ਕਹਿਣ ਅਨੁਸਾਰ ਮੈਂ ਹੋਰ ਵੀ ਵੀਡੀਓਜ਼ ਜਲਦੀ ਲੈ ਕੇ ਆਵਾਂਗਾ। ਸੋ ਤਦ ਤੱਕ ਜੀ ਧੰਨਵਾਦ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ, ਅਤੇ ਆਪਣੇ ਆਪਣੇ ਘਰ, ਜਿਵੇਂ ਕਿ ਤੁਹਾਨੂੰ ਪਤਾ ਲੋਕਡਾਊਨ ਕਰਕੇ ਕੋਵਿਡ ਚੱਲ ਰਿਹਾ, ਆਪਣੇ ਆਪਣੇ ਘਰ ਰਹਿਣ ਦੀ ਕੋਸ਼ਿਸ਼ ਕਰੋ ਤਾਂ ਕਿ ਇਸ ਖਤਰਨਾਕ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਧੰਨਵਾਦ ਜੀ।